ਉਸਤਾਦ ਜੀ, ਉਹ ਫਾਰਮੂਲਾ ਨਿਊਟਨ ਵਾਲਾ, ਉਹ ਕਿਹੜਾ ਨਾ, ਐਫ ਇਜ ਇਕੁਅਲ ਟੂ ਮਾ ਵਾਲਾ, ਐਮ ਏ ਵਾਲਾ, ਉਹ ਤਾਂ ਸਾਬਤ ਕਰ ਦਿਓ ਕਿ ਬਰਾਬਰ ਥੀ ਨਾ, ਐਫ ਇਜ ਇਕੁਅਲ ਟੂ ਐਮ ਏ ਵਾਲਾ, ਬਰਾਬਰ ਕਰਨਾ ਬਈ ਕਿ ਬਰਾਬਰ ਹੈ, ਬਰਾਬਰ ਸਾਬਤ ਕਰਨਾ ਕਿ ਸਾਬਤ ਸੀ, ਨਿਊਟਨ ਦਾ ਫਾਰਮੂਲਾ, ਨਿਊਟਨ ਨਾ ਨਿਊਟਨ ਇਹ ਹੁਣ ਸਪੋਜ਼ ਕਰੋ ਕਿ ਨਿਊ ਬਰਾਬਰ ਹੈ ਟਨ, ਤੇ ਹੁਣ ਇੰਗਲਿਸ਼ 'ਚ ਐਨ ਕਿਹਦੇ ਨੰਬਰ ਦਾ ਨਾ, ਚੌਦਵੇਂ ਨੰਬਰ ਦੇ, ਚੌਦਾਂ ਪਲੱਸ ਈ, ਈ ਆਉਣਾ ਨੇ ਪੰਜਵੇਂ ਨੰਬਰ ਦੇ, ਪੰਜਵੇਂ ਨੰਬਰ ਤੇ, ਅਤੇ ਅੱਗੇ ਆ ਗਿਆ ਡਬਲਯੂ, ਡਬਲਯੂ ਆ ਗਿਆ ਤ੍ਰੇਵੀਏ ਨੰਬਰ, ਤ੍ਰੇਵੀਏ ਨੰਬਰ ਤੇ, ਇਕੁਅਲ ਟੂ ਟੀ ਕਿਹਦੇ ਨੰਬਰ ਦਾ ਨਾ, ਟੀ ਆ ਗਏ ਨੇ ਵੀਹਵੇਂ ਨੰਬਰ ਤੇ, ਵੀਹਵੇਂ ਨੰਬਰ ਤੇ, ਪਲੱਸ ਓ, ਉਹ ਤਾਂ ਆਉਣਾ ਨੇ ਪੰਦਰਵੇਂ ਤੇ, ਮੇਰੇ ਪੰਦਰਵੇਂ ਨੰਬਰ ਤੇ, ਬਤਾਲੀ ਬਣ ਗਿਆ, ਬਤਾਲੀ ਇਕੁਅਲ ਟੂ ਵੀਹ ਪੰਦਰਾਂ ਚੌਦਾਂ ਉਣੰਜਾ, ਉਣੰਜਾ ਬਣ ਗਿਆ ਜੀ। ਹੁਣ ਨਾ ਸੱਤ ਤਕਸੀਮ ਹੋ ਸਕਦੇ ਦੋਵੇਂ, ਦੋਵੇਂ ਤਕਸੀਮ ਥੀ ਪੈਣੇ, ਛੇ ਸੱਤ ਛਿੱਕਾ ਬਤਾਲੀ ਅਤੇ ਸੱਤੂ ਸੱਤ ਉਣੰਜਾ, ਛੇ ਬਰਾਬਰ ਸੱਤ, ਜਿਹੜਾ ਫਾਰਮੂਲਾ ਹੈ ਉਸ 'ਚ ਐਫ ਇਜ ਇਕੁਅਲ ਟੂ ਐਮ ਏ ਆ, ਐਫ ਇੱਕ ਲੈਟਰ ਹੈ ਅਤੇ ਐਮ ਏ ਦੋ ਬਣ, ਹੁਣ ਨੈਕਸਟ ਸਟੈਪ ਜਾ ਵੈ ਸੀ ਛੇ ਜ਼ਰਬੇ ਇੱਕ ਇਕੁਅਲ ਟੂ ਸੱਤ ਜ਼ਰਬੇ ਦੋ, ਹੁਣ ਤਾਂ ਨੈਕਸਟ ਦਿਨ ਥੱਲੇ ਜਗ੍ਹਾ ਕੋਈ ਨਹੀਂ, ਛੇ ਜ਼ਰਬੇ ਇੱਕ ਬਣ ਗਿਆ ਛੇ ਇਕੁਅਲ ਟੂ ਸੱਤ ਜ਼ਰਬੇ ਦੋ ਚੌਦਾਂ, ਨੈਕਸਟ ਸਟੈਪ 'ਚ ਅਸੀਂ ਲਿਖ ਸਕਦੇ ਹਾਂ ਕਿ ਛੇ ਬਰਾਬਰ ਤੇਰਾਂ ਜਮ੍ਹਾਂ ਇੱਕ ਜਮ੍ਹਾਂ ਇੱਕ ਚੌਦਾਂ, ਇਹ ਵੀ ਚੌਦਾਂ ਬਣ ਗਿਆ। ਹੁਣ ਇੰਗਲਿਸ਼ 'ਚ ਛੇਵੇਂ ਨੰਬਰ 'ਤੇ ਕਿਹੜਾ ਲੈਟਰ ਆਉਂਦਾ, ਛੇਵੇਂ ਤੇ ਆਉਣਾ ਨੇ ਐਫ, ਮਾਇਆ ਐਫ, ਮਾਇਆ ਐਫ ਆ ਗਿਆ, ਅਤੇ ਅੱਗੇ ਤੇਰ੍ਹਵੇਂ ਨੰਬਰ 'ਤੇ ਕਿਹੜਾ ਲੈਟਰ ਆਉਣਾ, ਆਉਣਾ ਨੇ ਐਮ ਆਇਆ, ਮਾਇਆ, ਮਾਇਆ ਨਹੀਂ ਸਕੂਲ ਹੈ ਮਾਇਆ, ਸਾਰਿਆਂ ਪਤਾ ਕਿ ਇੱਕ ਤੇ ਇਹ ਆਉਣਾ, ਛੱਲਾ ਮੇਰਾ ਇਹ ਮਾਇਆ, ਛੱਲਾ ਮੇਰਾ ਜੀ ਡੋਲਾ, ਸਭ ਹੋ ਗਿਆ ਪ੍ਰੂਫ ਕਿ ਐਫ ਇਜ਼ ਇਕੁਅਲ ਟੂ ਐਮ ਏ, ਐਫ ਇਜ਼ ਇਕੁਅਲ